ਨਹੀਂ ਯਾਰ ਮੇਰੇ ਨਾਲ ਟੁਰ ਕੀ ਕਰਨੇ ਅੱਗੇ ਜਾ ਕੇ ਕਾ ਤੋ ਕਾਲੀ ਪਾਈ ਨਹੀਂ ਅੱਛਾ ਤੇਰੇ ਨਾਲ ਆਹ ਯਾਰ ਮੰਡੀ ਚ ਆਪਾਂ ਪਹੁੰਚ ਕੇ ਛੇਤੀ ਛੇਤੀ ਸਬਜ਼ੀ ਲੈ ਲਈਏ ਆਹੋ ਫਿਰ ਆਪਾਂ ਉਦੋਂ ਜਾਵਾਂਗੇ ਜਦੋਂ ਹਰ ਚੀਜ਼ ਖਤਮ ਹੋ ਜਾਏਗੀ ਫਿਰ ਸਫਾਈ ਕਰਨੀ ਜਾ ਕੇ ਚੱਲ ਯਾਰ ਚੱਲ ਭੈਣੇ ਕੀ ਹੋਇਆ ਤੈਨੂੰ ਕੀ ਹੋਇਆ ਉਹੀ ਹੋਇਆ ਜਿਹੜਾ ਪਹਿਲੇ ਹੁੰਦਾ ਕੀ ਹੋਇਆ ਫਿਰ ਮੈਨੂੰ ਉਹਨੇ ਮਾਰਿਆ ਕਿਹਨੇ ਮਾਰਿਆ ਕੌਣ ਮਾਰ ਸਕਦਾ ਓਏ ਸਰ ਫਿਰਿਆ ਉਹ ਜਿਹੜਾ ਚਵਲ ਜਿਹਾ ਤੇਰੇ ਬੰਦੇ ਨੇ ਮਾਰਿਆ ਤੈਨੂੰ ਹੋਰ ਕਿਹਨੇ ਮਾਰਨਾ ਕਿਸੇ ਦੀ ਜ਼ਰੂਰਤ ਹੈ ਮੈਨੂੰ ਮਾਰੇ ਹੋਰ ਕੋਈ ਰੋਜ਼ ਤੁਸੀਂ ਮੈਨੂੰ ਲੈ ਜਾਂਦੇ ਹੋ ਫਿਰ ਉਹਦੇ ਕੋਲ ਬਿਠਾ ਕੇ ਆ ਜਾਂਦੇ ਹੋ ਤੇਰੇ ਨੇ ਮੈਂ ਨਹੀਂ ਜਾਣਾ ਹੁਣ ਮੈਂ ਨਹੀਂ ਜਾਣਾ ਮੈਂ ਘਰ ਜਾ ਰਿਹਾ ਗੱਲ ਤਾਂ ਸੁਣ ਅੱਛਾ ਗੱਲ ਸੁਣ ਹਾਂ ਚੰਗੀਆਂ ਪੈਣਾ ਐਵੇਂ ਨਹੀਂ ਕਰਦੀਆਂ ਦੇਖ ਲੋ ਮੈਂ ਨਹੀਂ ਜਾਣਾ ਰੋਜ਼ ਤੁਹਾਡੀ ਇਹੀ ਗੱਲ ਹੁੰਦੀ ਹੈ ਚੰਗੀਆਂ ਪੈਣਾ ਜੇ ਨਹੀਂ ਕਰਦੀਆਂ ਚੰਗੇ ਉਹ ਨਹੀਂ ਕਰਦੇ ਚੱਲ ਘਬਰਾ ਨਾ ਤੂੰ ਮੇਰੀ ਗੱਲ ਸੁਣ ਹੁਣ ਜਾਣੇ ਉਹਨੂੰ ਕਹਿੰਨੇ ਆ ਸਮਝਾਣੇ ਆ ਜਾ ਕਿਉਂ ਅਸੀਂ ਕਿਉਂ ਬਾਰ-ਬਾਰ ਉਹਨੂੰ ਸਮਝਾਈਏ ਭੈਣੇ ਗੱਲ ਦੱਸੋ ਮੈਨੂੰ ਉਹ ਗੱਲ ਤਾਂ ਸੁਣ ਇੱਕ ਵਾਰੀ ਬਾਰ-ਬਾਰੀ ਮੈਂ ਤੁਹਾਡੀ ਗੱਲ ਮੰਨੀ ਹੈ ਕਦੀ ਤਾਂ ਮੇਰੀ ਵੀ ਮੰਨ ਲਿਆ ਕਰੋ ਮੇਰੀ ਵੀ ਥੋੜੀ ਇੱਜ਼ਤ ਬਣਾ ਲਿਆ ਕਰੋ ਉਹਦੇ ਸਾਹਮਣੇ ਸਿਆਣੀ ਬਣਿਆ ਕਰ ਘਰ ਵਾਸਤੇ ਚੰਗੇ ਲੱਗਦੇ ਨੇ ਉਹਦੇ ਤੁਸੀਂ ਸਿੱਧੀ ਗੱਲ ਕਰੋ ਤੁਹਾਡੇ ਵਾਸਤੇ ਮੈਂ ਬੋਝ ਆ ਤੁਸੀਂ ਮੈਨੂੰ ਉੱਥੇ ਮੈਨੂੰ ਰੋਟੀ ਨਹੀਂ ਖਵਾ ਸਕਦੇ ਘਰ ਬਿਠਾ ਕੇ ਬਸ ਸਾਡੇ ਇਸ ਵਜ੍ਹਾ ਤੋਂ ਮੈਨੂੰ ਬਾਰ-ਬਾਰ ਉਹਦੇ ਕੋਲ ਛੱਡ ਕੇ ਆ ਜਾਂਦੇ ਹੋ ਸਾਡੇ ਤਾਂ ਤੂੰ ਜਿਗਰ ਦਾ ਟੁਕੜਾ ਐਸੀ ਗੱਲ ਨਾ ਕਰਿਆ ਕਰ ਤੇਰੀ ਮੈਨੂੰ ਘਰ ਜੋ ਨਹੀਂ ਲੈ ਕੇ ਜਾਂਦੇ ਘਰ ਵਾਸਤੇ ਚੰਗੇ ਲੱਗਦੇ ਨੇ ਉਹ ਜਿਹੜੇ ਨਹੀਂ ਚੰਗੇ ਲੱਗਦੇ ਆ ਜਾ ਵੇਖੋ ਮੈਂ ਨਹੀਂ ਜਾਣਾ ਅੱਛਾ ਪਹਿਲੇ ਗੱਲ ਤਾਂ ਸੁਣ ਆਖਰੀ ਵਾਰੀ ਆਖਰੀ ਸਾਨੂੰ ਮੌਕਾ ਦੇ ਅਗਰ ਤੇਰਾ ਘਰ ਦੁਬਾਰਾ ਹੈ ਤੇਰੇ ਨਾਲ ਕੋਈ ਇਹੋ ਜਿਹੀ ਹਰਕਤ ਕਰੇ ਤਾਂ ਫਿਰ ਤੈਨੂੰ ਅਸੀਂ ਨਹੀਂ ਕਵਾਂਗੇ ਕਿ ਚੱਲ ਆ ਜਾ ਸਿਆਣੀ ਬਣਿਆ ਘਰ ਆ ਜਾ ਆਖਰੀ ਮੌਕਾ ਤੁਹਾਡੇ ਵਾਸਤੇ ਮੈਂ ਅੱਜ ਤੋਂ ਬਾਅਦ ਅਗਰ ਇਹਨੇ ਮੇਰਾ ਕੋਈ ਹਰਕਤ ਕੀਤੀ ਫਿਰ ਤੁਸੀਂ ਮੈਨੂੰ ਇਹ ਨਹੀਂ ਕਹਿਣਾ ਕਿ ਵਾਪਸ ਉੱਤੇ ਉਹਦੇ ਘਰ ਜਾ ਮੈਂ ਸਮਝਾਵਾਂਗਾ ਆਪੇ ਆ ਜਾ ਸੁਬਾ ਕੇ ਬਾਬਾ ਆਈ ਬਸੇਰੇ ਖੈਰ ਆਈ ਅੱਜ ਫਿਰ ਤੇਰੀ ਪਰਜਾਈ ਨੂੰ ਚੰਗਾ ਮਾਂਜਿਆ ਸਹੀ ਚੰਗੇ ਤਰੀਕੇ ਨਾਲ ਬਣਾਵਣਾ ਇਹਨੂੰ ਨਾ ਤਰੀਕੇ ਨਾਲ ਦਫਾਕਾਰੇ ਨੂੰ ਗੱਲ ਹੀ ਨਹੀਂ ਮੰਨਦੇ ਉਹੀ ਕੋਈ ਗੱਲ ਸਮਝ ਨਹੀਂ ਆਉਂਦੀ ਹੈ ਤੇ ਮੈਂ ਤਾਂ ਨਹੀਂ ਸੱਗੀ ਘੋਟ ਕੇ ਤਾਂ ਉਂਝ ਹੀ ਮਾਰਨਾ ਸੀ ਮਾਰ ਉਂਝ ਨਹੀਂ ਮਾਰਨਾ ਹੀ ਲੇਕਿਨ ਇਹਨੂੰ ਸੱਟਣੀਆਂ ਸਹੀ ਤਰੀਕੇ ਦੀਆਂ ਇਸ ਤਰੀਕੇ ਦੀਆਂ ਨਾ ਚੰਗੇ ਤਰੀਕੇ ਬਣਾਵਣਾ ਹੀ ਤੇ ਬਾਜ਼ਾਰ ਹੈ ਚੱਕ ਛੋੜੇ ਨੂੰ ਮੁਕਾ ਨੂੰ ਗੁੱਜੀ ਮਾਰ ਉਹਨੂੰ ਦਿੱਤੀ ਉਹਨੂੰ ਯਾਦ ਰੱਸੀ ਮਗਰੂ ਲਵੇ ਤੇਰੀ ਸ਼ਾਦੀ ਮੈਂ ਬਾਈ ਕਰਾ ਰਿਹਾ ਸੀ ਅੱਛਾ ਹਾਂ ਟੈਨਸ਼ਨ ਨਾ ਲੈ ਤੂੰ ਠੀਕ ਹੈ ਆ ਤੂੰ ਭਾਈ 32-33 ਹਾਂਜੀ 1-1-2-2 ਭਾਈ ਹੁਣ ਕੋਈ ਜਿਹੜਾ ਨਾ ਦਿਲ ਦਾ ਬੋਝ ਹਲਕਾ ਜਿਹਾ ਹੋਇਆ ਜੀ ਬਿਲਕੁਲ ਐਵੇਂ ਗੱਲ ਹੈ ਯਾਰ ਕਿਉਂਕਿ ਬਾਜੀ ਨੂੰ ਬਿਠਾ ਆਇਆ ਘਰ ਜੀ ਬਿਲਕੁਲ ਕਿਉਂਕਿ ਧੀਆਂ ਮਾਪਿਆਂ ਤੇ ਲੱਖ ਵਾਰੀ ਆਣ ਹੱਸਦੀਆਂ ਆਣ ਤੇ ਬਿਲਕੁਲ ਰੋਂਦੀਆਂ ਨਾ ਆਣ ਕਿਉਂਕਿ ਇਹ ਗੱਲ ਚੰਗੀ ਨਹੀਂ ਬਿਲਕੁਲ ਠੀਕ ਅਸੀਂ ਥੋੜੇ ਗਰੀਬ ਜ਼ਰੂਰ ਹਾਂ ਯਾਰ ਜੀ ਬਿਲਕੁਲ ਲੇਕਿਨ ਗਰੀਬ ਹੁੰਦੇ ਹਾਂ ਲੇਕਿਨ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਭੈਣ ਉਜੜ ਕੇ ਆ ਕੇ ਬਵੇ ਵਸਦੀ ਰਵੇ ਸਦਾ ਹੱਸਦੀ ਰਵੇ ਬਿਲਕੁਲ ਹੈਂ ਆਪਣੇ ਅਮੀਰੀ ਪੰਨ ਦਾ ਗਰੂਰ ਕਰ ਰਹੇ ਹੋ ਹੁਣ ਮੈਨੂੰ ਤੁਸੀਂ ਉੱਧਰ ਨਹੀਂ ਲੈ ਕੇ ਜਾਣਾ ਮੈਂ ਕੋਈ ਨਹੀਂ ਜਾਣਾ ਉੱਧਰ ਉਹਦੇ ਘਰ ਨਹੀਂ ਜਾਣਾ ਹੁਣ ਤੂੰ ਘਬਰਾ ਨਾ ਇਹਦਾ ਹਾਲ ਮੈਂ ਲੱਭ ਲਿਆ ਆਪਾਂ ਚੱਲਦੇ ਹਾਂ ਬਾਬੇ 에ਅਰਪੋਰਟ ਕੋਲ ਉਹ ਕੀ ਕਰੇਗਾ ਆਪੇ ਹਾਲ ਕੱਢੇ ਮੈਂ ਚੱਲ ਇੱਕ ਵਾਰੀ ਆ ਜਾ ਤੂੰ ਚੱਲ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਕੀ ਹਾਲ ਹੈ ਜੀ ਠੀਕ ਠਾਕ ਜੀ ਹਾਂਜੀ ਬਾਬਾ ਜੀ ਗੱਲ ਕਰਨੀ ਸੀ ਤੁਹਾਡੇ ਨਾਲ ਬਾਬਾ ਜੀ 에ਅਰਪੋਰਟ ਸਾਹਿਬ ਬਾਬਾ ਜੀ ਬਿਮਾਰ ਹਨ ਮੈਂ ਵਾਲਾ ਸਾਹਿਬ ਬਿਮਾਰ ਹਨ ਤਾਂ ਤੁਸੀਂ ਟੈਨਸ਼ਨ ਨਾ ਦਿਓ ਯਾਰ ਜ਼ਰੂਰੀ ਗੱਲ ਹੈ ਭਾਈ ਆਜੋ ਆਜੋ ਇੱਥੇ ਜਾ ਪੁੱਤਰ ਹਾਂਜੀ ਤੂੰ ਜਾ ਕੇ ਮਾਲ ਨੂੰ ਪੱਠੇ ਪਾ ਲਿਓ ਨਿੱਟਾ ਅੱਛਾ ਚਾ ਪੀਓ ਵਿੱਚ ਆ ਨਹੀਂ ਬੜੀ ਦੇਰ ਬਾਨੀ ਅੱਛਾ ਸ਼ੁਕਰੀਆ ਚਲੋ ਪੁੱਤਰ ਜਾ ਤੂੰ ਠੀਕ ਹੈ ਸ਼ਾਬਾਸ਼ ਤੂੜੀ ਕੱਟ ਪਾਇਆ ਕਰੋ ਘਾਹ ਦੇ ਵਿੱਚ ਤੂੜੀ
ਅੱਛਾ ਜੀ ਮੇਰੀ ਤੂੜੀ ਛੱਡ ਦਿੰਦੇ ਹੋ ਮਾਲ ਦੇ ਅੱਗੇ ਬਾਬਾ ਜੀ ਗੱਲ ਇਹ ਵੀ ਹਾਂਜੀ ਹਾਂਜੀ ਉਹ ਚੌਧਰੀ ਨਹੀਂ ਆਪਣਾ ਕਾਕਾ ਚੌਧਰੀ ਹਾਂ ਬਿਲਕੁਲ ਬਿਲਕੁਲ ਉਹਨਾਂ ਦਾ ਜਿਹੜਾ ਮੁੰਡਾ ਨਾ ਵੱਡਾ ਅਲੀ ਹਾਂਜੀ ਹਾਂਜੀ ਉਹਨਾਂ ਨਾਲ ਅਸੀਂ ਭੈਣ ਵਿਆਹੀ ਅੱਛਾ ਉਹਨਾਂ ਜਨਾਬ ਹਰ ਦੂਜੇ ਤੀਜੇ ਦਿਨ ਜਨਾਬ ਇਹਨੂੰ ਮਾਰਦੀ ਤੇ ਬੜੇ ਜ਼ੁਲਮ ਜੇ ਕਰਦੀ ਇੱਕ ਵਾਰੀ ਤੇ ਮੈਂ ਉਹਨੂੰ ਬਿਠਾ ਕੇ ਆਇਆ ਵਾਪਸ ਘਰ ਅੱਛਾ ਤੇ ਫਿਰ ਸੈੱਟ ਹੋ ਗਏ ਦੁਬਾਰਾ ਫਿਰ ਜਨਾਬ ਉਹਨੇ ਮਾਰੇ ਇਹਨੂੰ ਗਰੀਬ ਜੇ ਬੰਦੇ ਆ ਮਾੜੇ ਬੰਦੇ ਆ ਉਹ ਜ਼ਰਾ ਪੈਸੇ ਪਾ ਲੈ ਬੰਦੇ ਬਾਬਾ ਜੀ ਗਰੀਬ ਬੰਦੇ ਆ ਇੱਕੋ ਇੱਕ ਸਾਡੀ ਭੈਣ ਹੈ ਹੀਰੇ ਵਰਗੀ ਹੈ ਤੇ ਹਰ ਰੋਜ਼ ਉਹਨੂੰ ਮਾਰ ਦਿੰਦੇ ਇਸ ਵਜ੍ਹਾ ਤੋਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਰੌਲਾ ਮੁਕਾ ਦਿਓ ਅਸੀਂ ਨਾ ਲੜਨ ਜੋਗੇ ਉਹਨਾਂ ਨਾਲ ਲੰਬੀ ਸਾਡੀ ਗੱਲ ਇਹਨਾਂ ਤੋਂ ਬਾਅਦ ਨਾ ਸਾਡੇ ਕੋਲ ਪੈਸਾ ਤੁਸੀਂ ਸਾਡਾ ਰੌਲਾ ਮੁਕਾ ਦਿਓ ਤੁਹਾਡੇ ਮੂੰਹ ਤੇ ਆਏ ਮਿਹਰਬਾਨੀ ਕਰੋ ਸਾਡੇ ਦਿੱਤਾ ਕੁੜੀ ਤੇਰੀ ਤੇ ਕੋਈ ਜਾਤੀ ਨਹੀਂ ਨਾ ਨਹੀਂ ਜੀ ਮੇਰੀ ਕੋਈ ਜਾਤੀ ਨਹੀਂ ਮੈਂ ਉਹਨੂੰ ਕੁਝ ਵੀ ਨਹੀਂ ਕਹਿੰਦੀ ਹਰ ਰੋਜ਼ ਬਿਲਾ ਵਜ੍ਹਾ ਮੈਨੂੰ ਮਾਰਦਾ ਅੱਛਾ ਗੱਲ ਸੁਣ ਜਾਂ ਉਹਨਾਂ ਨੂੰ ਬੁਲਾ ਕੇ ਲਿਆ ਉਹਨੂੰ ਕਹਿ ਬਾਬਾ ਏਅਰਪੋਰਟ ਬੁਲਾ ਰਹੇ ਠੀਕ ਹੈ ਜਲਦੀ ਜਾਣ ਬੁਲਾ ਕੇ ਮੇਰੇ ਕੋਲ ਲੈ ਗਿਆ ਘਾਬਰਨਾ ਨਹੀਂ ਜੇ ਤੁਸੀਂ ਉਹਨਾਂ ਸਹੀ ਲੈਣ ਚਾਹ ਰਹੇ ਤੁਹਾਡੀ ਟੈਨਸ਼ਨ ਨਹੀਂ ਹੈ ਤੁਸੀਂ ਸੱਚੇ ਹੋ ਤੇ ਤੁਹਾਡੇ ਆਪਸ ਤੇ ਫੈਸਲਾ ਬਿਹਤਰੀਨ ਕਰਾਂਗਾ ਟੈਨਸ਼ਨ ਨਹੀਂ ਲੈਣੀ ਤੁਸੀਂ ਬਸ ਜੀ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਸੀ ਇਹੋ ਚਾਹੁੰਦੇ ਕਿ ਇਨਸਾਫ ਹੋਵੇ ਘਾਬਰੋ ਨਹੀਂ ਬੇਫਿਕਰ ਹੋ ਮਿਹਰਬਾਨੀ ਤੁਸੀਂ ਘਾਬਰਨਾ ਨਹੀਂ ਇਨਸ਼ਾਅੱਲਾ ਤੁਹਾਡਾ ਇਨਸਾਫ ਹੋਵੇਗਾ ਟੈਨਸ਼ਨ ਨਹੀਂ ਲੈ ਮੈਂ ਬੈਠ ਜਾ ਬਾਬਾ ਜੀ ਆ ਗਏ ਨੇ ਹਾਂ ਬਈ ਆ ਗਿਆ ਕਿਹੜਾ ਮੈਂ ਤੇਰੇ ਕਰ ਲਾਂ ਐ ਹਾਂ ਬਈ ਕੀ ਮਸਲਾ ਤੁਹਾਨੂੰ ਬਈ ਯਾਰ ਤੂੰ ਕੌਣ ਆਉਣਾ ਸਾਡੇ ਗੱਲ ਦੇ ਵਿੱਚ ਦਖਲ ਦੇਵਣ ਵਾਲਾ ਸਾਡਾ ਆਪਸ ਦਾ ਮਸਲਾ ਇਹ ਤੇਰਾ ਮਾਮਲਾ ਗਿਆ ਤੂੰ ਕੌਣ ਹੈ ਵੀ ਕਿਹੜਾ ਮਸਲਾ ਤੇਰਾ ਮੈਂ ਤੈਨੂੰ ਕਹਿ ਰਿਹਾ ਹਾਂ ਬੱਚੀ ਹੈਗੀ ਤੇ ਤੁਸੀਂ ਉਹਨੂੰ ਤੰਗ ਨਾ ਕਰੋ ਗਰੀਬਾਂ ਦੇ ਉੱਤੇ ਜ਼ੁਲਮ ਨਹੀਂ ਕਰੀਦਾ ਹੁੰਦਾ ਕੀ ਬਣਦਾ ਸਾਡੇ ਉੱਤੇ ਜ਼ਿਆਦਾ ਪਰੇਸ਼ਾਨੀ ਨਾ ਬਣਾ ਤੂੰ ਆਪਣੇ ਕੰਮ ਨਾਲ ਕੰਮ ਰੱਖ ਵੇਖ ਲੈ ਤੁਸੀਂ ਹੁਣ ਕੀ ਕਰਕੇ ਗਏ ਨੇ ਹੁਣ ਕੀ ਕਰੋਗੇ ਤੁਸੀਂ ਇਹਨਾਂ ਦਾ ਇਹੋ ਜਿਹੀ ਗਰੂਰ ਦੇ ਭਰੇ ਹੋਏ ਨੇ ਜੀ ਹੈਲੋ ਅਸਲਾਮ ਵਾਲੇਕੁਮ ਸਰ ਕੀ ਹਾਲ ਆ ਜੀ ਠੀਕ ਠਾਕ ਕੈਸਾ ਜੀ ਸਾਹਿਬ ਤੁਸੀਂ ਸੁਣਾਓ ਤਬੀਅਤਾਂ ਸਿਹਤ ਠੀਕ ਰਹਿ ਰਹੀਆਂ ਨੇ ਆਪਾਂ ਬਾਤ ਅੱਲਾਹ ਦੇ ਚੁੱਕ ਰਹੇ ਜੀ ਅੱਛਾ ਗੱਲ ਇਸ ਤਰ੍ਹਾਂ ਹੈ ਜੀ ਇਹ ਦੋ ਮੇਰੇ ਬੰਦੇ ਨੇ ਪਿੰਡ ਦੇ ਵਿੱਚ ਹਾਂ ਇੱਥੇ ਹਾਂ ਮੇਰੇ ਇਲਾਕੇ ਦੇ ਨੇ ਉਹ ਇੱਕ ਮੁੰਡੇ ਨੇ ਸ਼ਾਦੀ ਕੀਤੀ ਸੀ ਇੱਥੇ ਕੋਈ ਗਰੀਬ ਜਿਹਾ ਘਰ ਹੈਗਾ ਕੀ ਨਾਂ ਪਤਾ ਬੜੀ ਬਦਤਮੀਜ਼ੀ ਕਰ ਗਏ ਅੱਛਾ ਹਾਂਜੀ ਹਾਂਜੀ ਹਾਂ ਦੱਸ ਦਿਆ ਮੈਨੂੰ ਘਰ ਦਾ ਐਡਰੈਸ ਸਾਰਾ ਕੁਝ ਦੱਸ ਦਿਆ ਅਸਲਾਮੁਅਲੈਕੁਮ ਜੀ ਹਾਂਜੀ ਸਰ ਜੀ ਐਸਾ ਜੀ ਕਰਨਾ ਗਾ ਹਾਂਜੀ ਸਾਹਿਬ ਜੀ ਠੀਕ ਹੋ ਗਿਆ ਠੀਕ ਠੀਕ ਓਕੇ ਸਰ ਬਹੁਤ ਮਿਹਰਬਾਨੀ ਜੀ ਸਰ ਹਾਂ ਨਹੀਂ ਨਹੀਂ ਉਹ ਹੱਕ ਤੇ ਨੇ ਬਿਲਕੁਲ ਹੱਕ ਤੇ ਤੁਹਾਨੂੰ ਪਤਾ ਹੈ ਨਾ ਕਾਨੂੰਨ ਗਲਤ ਕੰਮ ਕਰਦਾ ਸਰ ਨਾ ਤੁਸੀਂ ਕਰ ਸਕਦੇ ਹੋ ਨਾ ਕਰਦੇ ਹੋ ਲੇਕਿਨ ਮੈਂ ਕਹਿ ਰਿਹਾ ਵਾਂ ਕਿ ਅਰਜ਼ ਕਰ ਰਿਹਾ ਕਿ ਉਹ ਬੰਦੇ ਝੂਠੇ ਨੇ ਹਾਂਜੀ ਹਾਂਜੀ ਸਰ ਬੜੀ ਮਿਹਰਬਾਨੀ ਸਰ ਇਨਸ਼ਾਅੱਲਾ ਇਨਸਾਫ ਤੇ ਹੋਣਗੇ ਬੰਦੇ ਠੀਕ ਸਰ ਜੀ ਬਹੁਤ ਮਿਹਰਬਾਨੀ ਲੈ ਜੀ ਤੁਹਾਡਾ ਕੰਮ ਹੋ ਜਾਂਦਾ ਹੁਣ ਟੈਨਸ਼ਨ ਨਹੀਂ ਲੈਣੀ ਤੁਸੀਂ ਬੇਫਿਕਰ ਹੋ ਜਾਓ ਤੇ ਮੈਂ ਤੁਹਾਨੂੰ ਬੁਲਾ ਲਵਾਂਗਾ ਹੈ ਤੁਸੀਂ ਜਾ ਸਕਦੇ ਹੋ ਠੀਕ ਹੈ ਜੀ ਬੜੀ ਮਿਹਰਬਾਨੀ ਠੀਕ ਹੈ ਅਸੀਂ ਉਮੀਦ ਲੈ ਕੇ ਆਏ ਸਾਂ ਜੀ ਠੀਕ ਹੈ ਜੀ ਬੇਫਿਕਰ ਬੜੀ ਮਿਹਰਬਾਨੀ ਚਲੋ ਜੀ ਅੱਬਾ ਜੀ ਅੱਬਾ ਜੀ ਆ ਕਾਕਾ ਚੌਧਰੀ ਆਏ ਨੇ ਜੀ ਅੱਬਾ ਜੀ ਉੱਠਿਆ ਜੀ ਆ ਕਾਕਾ ਚੌਧਰੀ ਆਏ ਨੇ ਅਸਲਾਮ ਅਲੈਕੁਮ ਜੀ ਓ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਜੀ ਠੀਕ ਠਾਕ ਤੁਸੀਂ ਸੁਣਾਓ ਖੈਰ ਖਰੀਏ ਤੇ ਅੱਲਾ ਦਾ ਸ਼ੁਕਰ ਹੈ ਆ ਜੀ ਬੈਠ ਉੱਤੇ ਹੋ ਸੁਣਾਓ ਜੀ ਤਬੀਤਾਂ ਸਿਹਤਾਂ ਠੀਕ ਨੇ ਠੀਕ ਠਾਕ ਅੱਲਾ ਦਾ ਸ਼ੁਕਰ ਹੈ ਜੀ ਕਿਵੇਂ ਕਿਵੇਂ ਜੀ ਮੈਂ ਤੁਹਾਡੇ ਕੋਲ ਆਇਆ ਜੀ ਮੇਰੇ ਪੁੱਤਰਾਂ ਨੂੰ ਤੀਸਰਾ ਚੌਥਾ ਦਿਨ ਹੋ ਗਏ ਪੁਲਿਸ ਮਾਰ ਮਾਰ ਕੇ ਨਾ ਕੀਤੀ ਪਈ ਅੱਛਾ
ਮਿਹਰਬਾਨੀ ਕਰੋ ਤੇ ਉਹਨਾਂ ਨੂੰ ਛੁਡਵਾ ਲਓ। ਤੇਰੇ ਪੁੱਤਰ ਨੇ ਜੀ ਮੇਰੇ ਛੋਟੀ ਜੀ ਤੇਰੇ ਵਾਸਤੇ ਸਵਾਲ ਹੈ, ਸਮਝਦਾਰ ਬੰਦਾ ਹੈ। ਕਿ ਪੁਲਿਸ ਨਜਾਇਜ਼ ਬੰਦਿਆਂ ਨੂੰ ਮਾਰਦੀ? ਨਹੀਂ ਜੀ। ਹੈ ਨਹੀਂ, ਉਹ ਐਵੇਂ ਫੜ ਕੇ ਲੈ ਕੇ ਚਲੇ ਜਾਂਦੇ ਨੇ, ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਨਹੀਂ ਜੀ ਨਹੀਂ। ਹੈ ਕਸੂਰ ਹੋਵੇ ਤਾਂ ਲੈ ਜਾਂਦੇ, ਗਲਤੀ ਹੋਵੇ ਤਾਂ ਮਾਰ ਦੇ ਨਾ। ਹਾਂ ਜੀ ਹਾਂ ਜੀ। ਕਿਉਂ ਜੀ ਅਸੀਂ ਕਿਉਂ ਗਿਲਾ ਕਰੀਏ ਪੰਜਾਬ ਪੁਲਿਸ ਦਾ, ਸਾਡੀ ਹਿਫਾਜ਼ਤ ਕਰ ਲੈਣ ਨਾ। ਹਾਂ ਜੀ ਹਾਂ ਜੀ। ਉਹ ਕੀ ਹੋਇਆ, ਮੈਂ ਕਾਲ ਕੀਤੀ ਸੀ ਸਾਹਿਬ ਨੂੰ, ਸਾਰੀ ਹਕੀਕਤ ਸੁਣਾਈ ਸੀ। ਠੀਕ ਹੈ, ਜੇ ਮੈਂ ਕਰਨਾ ਤੁਹਾਡੀ ਸਪੋਰਟ, ਐਸ ਐਚ ਓ ਸਾਹਿਬ ਨੇ ਮੇਰੀ ਵੀ ਨਹੀਂ ਸੁਣਨੀ। ਤੇਰੇ ਪੁੱਤਰ ਕਹਿੰਦੇ ਸੀ, ਉਹਨਾਂ ਦੀ ਮੈਂ ਇੰਨੀ ਇੱਜ਼ਤ ਕਰੂ ਸੀ, ਮੈਂ ਕਿਹਾ ਚਲੋ ਆ ਗਏ ਨੇ, ਕੁੜੀ ਨਾਲ ਮੈਂ ਟੋਰ ਦੇਣਾ। ਸਹੀ ਹੈ ਕਾਕਾ ਚੌਧਰੀ, ਉਹਨਾਂ ਨੂੰ ਮੈਂ ਤੇ ਕਹਿਣਾ 10-15 ਦਿਨ ਹੋਰ ਖੱਲੇ ਪੈਣ ਦੇ। ਨਹੀਂ ਜੀ, ਦੂਸਰਾ ਤੀਸਰਾ ਦਿਨ ਹੋ ਗਿਆ, ਉਹਨਾਂ ਨੂੰ ਬੜੇ ਖੱਲੇ ਪੈ ਰਹਿਣ ਤੇ ਮੈਂ ਤੁਹਾਡੇ ਅੱਗੇ ਮਿਹਨਤ ਕਰਦਾ। ਉਹ ਨਹੀਂ, ਐਸੀ ਗੱਲ ਨਹੀਂ ਹੈ, ਸਾਨੂੰ ਸ਼ਰਮਸ਼ਾਰ ਨਾ ਕਰ, ਸਾਡੇ ਬੂਹੇ ਤੇ ਆਏ, ਅਸੀਂ ਹਰ ਬੰਦੇ ਦੀ ਕਰਦੇ ਹਾਂ ਇੱਜ਼ਤ। ਹਾਂਜੀ ਹਾਂਜੀ, ਠੀਕ ਹੈ ਨਾ। ਤੇ ਸ਼ਾਇਦ ਬੰਦੇ ਸਮਝਦੇ ਨੇ ਕਿ ਇਹ ਡਰਪੋਕ ਨੇ ਤੇ ਟੈਨਸ਼ਨ ਨਾ ਲੈਂਦੇ ਨੇ। ਨਹੀਂ ਨਹੀਂ ਜੀ, ਇਹ ਗੱਲ ਅਸੀਂ ਤੇ ਕਰਨਾ ਹੁੰਦਾ ਫੋਨ ਇੱਕ, ਅਸੀਂ ਤੇ ਗੱਲ ਕਰਨੀ ਹੁੰਦੀ ਮੈਰਿਟ ਤੇ। ਉਹ ਕਾਨੂੰਨ ਨੂੰ ਵੀ ਪਤਾ ਕਿ ਇਹ ਬਾਬਾ ਏਅਰਪੋਰਟ ਝੂਠ ਨਹੀਂ ਮਾਰਦਾ, ਜਿਹੜੀ ਗੱਲ ਕਰਦਾ ਸਿੱਧੀ ਕਰਦਾ। ਗੱਲ ਇਹ ਤੇਰੇ ਕਹਿਣ ਤੇ ਮੈਂ ਛਡਵਾ ਦੇਣਾ, ਠੀਕ ਹੈ। ਅਗਰ ਕੁੜੀ ਨੂੰ ਉਸ ਵਸਾਇਆ, ਠੀਕ ਹੈ, ਤੇ ਉਹ ਵਸੇਗਾ। ਜੇ ਕਰੇ ਬਦਮਾਸ਼ੀਆਂ, ਜੇ ਕਰੇ, ਜੇ ਮੈਂ ਕੁੜੀ ਨੂੰ ਮਾਰ ਦੇਣਾ, ਫੈਰ ਮਾਰੇਗਾ, ਤੇ ਫਿਰ ਸਾਡੇ ਤੋਂ ਕੋਈ ਦੂਰ ਨਹੀਂ ਬੈਠਾ। ਸਹੀ ਹੈ ਨਾ, ਅਸੀਂ ਉਹਦੇ ਵਾਲ ਨੂੰ ਵੀ ਸਿੱਕ ਆਇਆ ਨਾ, ਤੇ ਮੈਂ ਐਵੇਂ ਚਕਾਵਾਂਗਾ ਭਾਵੇਂ ਜਿੱਥੇ ਕੋਈ ਬੈਠਾ ਹੋਇਆ। ਠੀਕ ਹੈ ਜੀ, ਤੁਸੀਂ ਐਂ ਨਹੀਂ ਕਰੋ, ਮਿਹਰਬਾਨੀ ਮੇਰੇ ਤੇ ਕਰ ਦਿਓ, ਤੁਸੀਂ ਮੇਰੇ ਮੁੰਡੇ ਛੁਡਵਾ ਦਿਓ, ਤੇ ਮੈਂ ਇਨਸ਼ਾਅੱਲਾ ਨਾ ਕੁੜੀ ਲੈ ਜਾਵਾਂਗਾ, ਵਸਾਵਾਂਗਾ, ਉਹਨਾਂ ਨੂੰ ਕਵਾਂਗਾ ਵੀ ਤੁਸੀਂ ਇਹਨੂੰ ਵਸਾਓ। ਹੈ ਤੇ ਕੁੜੀ ਮੈਂ ਇੱਥੇ ਬਹਿ, ਠੀਕ ਹੈ, ਹੁਣੇ ਭੇਜਣਾ ਆਸਫ। ਓ ਪੁੱਤ ਆਸਫ, ਇਧਰ ਗੱਲ ਸੁਣ, ਮੈਂ ਹੁਣੇ ਭੇਜਣਾ, ਠੀਕ ਹੈ, ਕੁੜੀ ਨੂੰ ਲੈਣ ਤੋਂ ਤੇ ਭਰਾਵਾਂ ਨੂੰ ਬੁਲਾਉਂਦੇ ਹਾਂ, ਜਿਹੜੇ ਉਹ ਕਹਿੰਦੇ ਨੇ ਫੈਸਲਾ ਉਹ ਮੈਂ ਕਰ ਦਿਆਂ ਜੀ। ਪੋਤੇ ਵੀ ਕੰਮ ਕਰ, ਉਹ 1122 ਨਹੀਂ ਸੀ ਆਇਆ? ਹਾਂ ਜੀ। ਤੇ ਉਹ ਨਾਲ ਉਹਦੇ ਕੁੜੀ ਫਿਰਦੀ ਸੀ ਮਸ਼ੀਰਾ, ਉਹਨਾਂ ਤਿੰਨਾਂ ਨੂੰ ਬੁਲਾ ਕੇ ਲਿਆ ਭੈਣ ਭਰਾਵਾਂ। ਠੀਕ ਹੈ ਜੀ, ਛੇਤੀ ਕਰ। ਅੱਛਾ ਗੱਲ ਸੁਣ, ਜੇ ਅਗਰ ਇਹ ਕਹਿ ਮੰਨ ਤੇ ਮੈਨੂੰ ਇਤਰਾਜ਼ ਨਹੀਂ ਹੈ। ਉਹ ਧੀਆਂ ਵਸਾਣਾ ਬੜਾ ਵੱਡਾ ਦਰਜਾ ਹੈ, ਕਿਸੇ ਦੀ ਧੀ ਭੈਣ ਨੂੰ ਆਪਣਾ ਧੀ ਭੈਣ ਸਮਝਣਾ ਬਹੁਤ ਵੱਡਾ ਦਰਜਾ ਹੈ ਯਾਰ, ਸਮਝਦਾਰ ਬੰਦਾ ਹੈ ਯਾਰ ਤੂੰ। ਮੈਂ ਉਹਨਾਂ ਨੂੰ ਬੜੀ ਵਾਰੀ ਸਮਝਾਇਆ, ਮੈਂ ਅਸਲ ਤੇ ਚਲਾ ਜਾਂਦਾ ਬਾਹਰ, ਤੇ ਉਹ ਫਿਰ ਆਪਦੀ ਮਰਜ਼ੀ ਕੀਤੀ ਰੱਖਦੇ ਨੇ, ਘਰ ਆਉਂਦਾ ਇਕੱਲਾ। ਘਰ ਇਕੱਲਾ ਹੁਣ ਜੁੱਤੀਆਂ ਪਹਿਨ ਡਈਆਂ ਤੇ ਦੁੱਖ ਹੋਇਆ ਨਾ, ਇੱਥੇ ਦਰਦ ਹੋਇਆ ਨਾ। ਹਾਂਜੀ, ਬਹੁਤ ਦਰਦ ਹੋ ਰਿਹਾ ਮੈਨੂੰ। ਓਏ, ਇਹਨੇ ਉਹਨਾਂ ਨੂੰ ਵੀ ਹੁੰਦਾ ਦਰਦ ਕੀ ਨੂੰ ਲੱਗਦੀਆਂ, ਮੇਰੀ ਤਬੀਅਤ ਮੇਰੀ ਠੀਕ ਨਹੀਂ ਹੈਗੀ ਵਾਹਵਾ ਦਿਨਾਂ ਤੋਂ। ਓਏ, ਹੋਰ ਕੋਈ ਖਾਣਾ ਪੀਣਾ ਤੇ ਦੱਸ, ਇਹ ਤੇ ਕੰਮ ਤੇਰਾ ਸਮਝ ਲਾ ਹੋ ਗਿਆ। ਪੁੱਤਰ ਤੇਰੇ ਆਣ ਆ ਜਾਣਗੇ ਜੇ ਕੁੜੀ ਕਹਿੰਦੀ ਏ ਠੀਕ ਹੈ। ਹੋਰ ਸੁਣਾ ਫਿਰ, ਸੁਣਾ ਬੇਗਮ। ਅੱਛਾ ਆ ਗਏ ਨੇ, ਆਓ ਜੀ, ਹਾਂ ਜੀ, ਪਹੁੰਚ ਆਇਓ ਜੀ, ਆਇਓ ਇੱਥੇ, ਆਇਓ ਆਇਓ ਆਇਓ, ਕੁੜੀ ਆ ਜਾ। ਪੁੱਤਰ ਤੁਹਾਨੂੰ ਤੇ ਸ਼ਾਇਦ ਪਤਾ ਨਹੀਂ, ਉਸ ਦਿਨ ਦੇ ਥਾਣੇ ਦੇ ਵਿੱਚ ਨੇ। ਅੱਛਾ ਜੀ, ਹਾਂ, ਇਹ ਉਦੋਂ ਦੇ ਫੜੇ ਹੋਏ ਆ ਤੇ ਕੁਟਾਪਾ ਪੈ ਰਿਹਾ। ਅੱਛਾ ਜੀ, ਹੁਣ ਗੱਲ ਮੁੱਕਣੀ ਹੈ ਤੁਹਾਡੇ ਤੇ, ਜਿਵੇਂ ਤੁਸੀਂ ਕਹੋਗੇ ਤੇ ਗੱਲ ਸੁਣ, ਜੇ ਅਗਰ ਤੁਸੀਂ ਕਹਿਣਾ ਛਡਵਾਉਣਾ ਛਡਵਾ ਦਿੰਦੇ ਹਾਂ। ਇਹ ਮੇਰੇ ਕੋਲ ਆਇਆ ਬੈਠਾ, ਹਾਂ ਵੀ ਕੁੜੀ ਨੂੰ ਪੁੱਛ ਲਾ, ਜਿਵੇਂ ਕੁੜੀ ਕਹਿੰਦੀ ਹੈ ਉਸੇ ਕੁੜੀ ਦੇ ਸਿਰ ਤੇ ਫੈਸਲਾ ਜਿਵੇਂ ਕਹਿ ਦੇਵੇਗੀ, ਜੇ ਭਾਈ ਉਹਦੇ ਕਹਿ ਦੇਣਗੇ ਉਵੇਂ। ਮੇਰੀ ਸੁਣ ਲਓ ਗੱਲ, ਐਂਦਾ ਬਾਅਦ ਤੁਹਾਨੂੰ ਨਾ ਕੋਈ ਪਰੇਸ਼ਾਨੀ ਆਸੀ, ਨਾ ਕੋਈ ਤਕਲੀਫ, ਕਾਈ ਗੱਲ ਕੁੜੀ ਨੂੰ ਹੋਵੇ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ। ਸਹੀ, ਠੀਕ ਹੈ, ਤੇ ਤੁਸੀਂ ਮਿਹਰਬਾਨੀ ਕਰਕੇ ਤੇ ਕੁੜੀ ਮੇਰੇ ਨਾਲ ਟੋਰ ਦਿਓ, ਮੈਂ ਲੈ ਜਾਂਦਾ, ਤੇ ਨਾਲੇ ਦੂਸਰੇ ਚੋਰੀ ਸਾਹਿਬ ਨੂੰ ਕਹੋ ਕਿ ਬਈ ਛੁਡਾ ਦੇਵੇ ਮੇਰੇ ਮੁੰਡੇ।
ਤੇਰੇ ਮੁੰਡੇ ਛੁੱਟ ਜਾਣਗੇ ਪਹਿਲੇ ਤਾਂ ਤੈਨੂੰ ਸਮਝਾਉਣ ਦੀ ਲੋੜ ਹੀ ਨਹੀਂ ਪੈਣੀ ਠੀਕ ਹੈ ਕਾਨੂੰਨ ਸਾਡਾ ਪੰਜਾਬ ਪੁਲਿਸ ਜਦ ਸਮਝਾਉਂਦੀ ਨਾ ਇੱਕ ਵਾਰੀ ਤਕਰੀਬਨ ਬੰਦਾ ਸਮਝ ਹੀ ਜਾਂਦਾ ਹਾਂਜੀ ਹੁਣ ਤਾਂ ਇਹ ਤਾਂ ਸਮਝ ਗਏ ਹਾਂਜੀ ਹਾਂਜੀ ਬਿਲਕੁਲ ਸਮਝ ਗਏ ਹੋਣੇ ਆ ਵੇਖੋ ਜੀ ਸਾਡਾ ਹੋਰ ਇਹਨਾਂ ਨਾਲ ਕੋਈ ਮੁਤਾਲਬਾ ਨਹੀਂ ਬਸ ਇਹ ਆਪਣੇ ਮੁੰਡੇ ਨੂੰ ਸਮਝਾ ਦੇਵੇ ਤੇ ਉਹ ਸਾਡੀ ਭੈਣ ਨੂੰ ਜਿਹੜਾ ਇਹਦਾ ਖਾਵਾਂ ਉਹ ਮਾਰੇ ਨਾ ਕੁੱਟੇ ਨਾ ਤੇ ਆਪਣਾ ਪਿਆਰ ਦੇ ਨਾਲ ਘਰ ਦੇ ਵਿੱਚ ਰਹਿਣ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਏਪਰ ਸਾਹਿਬ ਤੁਸੀਂ ਉਹਨੂੰ ਕਾਲ ਕਰਕੇ ਨਾ ਪੁਲਿਸ ਵਾਲਿਆਂ ਨੂੰ ਕਹਿ ਦਿਓ ਕਿ ਉਹਨੂੰ ਹੋਰ ਨਾ ਮਾਰਨ ਉਹਨੂੰ ਛੁਡਵਾ ਦਿਓ ਤੁਹਾਡੀ ਮਿਹਰਬਾਨੀ ਹੋਏਗੀ ਆਹੋ ਬਾਬਾ ਏਅਰਪੋਰਟ ਜਿਹੜੀਆਂ ਗਲਤੀਆਂ ਕੁਤਾਹੀਆਂ ਹੋ ਗਈਆਂ ਉਹਨਾਂ ਨੂੰ ਇਹਨਾਂ ਦਾ ਅਹਿਸਾਸ ਹੋ ਗਿਆ ਆਪਣੀ ਗਲਤੀਆਂ ਦਾ ਮਿਹਰਬਾਨੀ ਕਰੋ ਉਹਨੂੰ ਫੋਨ ਕਰ ਦਿਓ ਅਤੇ ਉਹ ਮਾਜ਼ਰਤ ਬਜ਼ੁਰਗ ਬੰਦੇ ਮੰਗ ਰਹੇ ਹਨ ਅਤੇ ਤੁਸੀਂ ਮਿਹਰਬਾਨੀ ਕਰੋ ਅਤੇ ਉਹਨਾਂ ਨੂੰ ਛੁਡਾ ਦਿਓ ਬੰਦਾ ਬਸ ਹੁਣ ਗੱਲ ਸੁਣ ਦੇਖ ਲਓ ਉਹਨਾਂ ਦਾ ਅਹਿਸਾਸ ਹੋਏ ਕੀ ਯਾਰ ਕੀ ਗੱਲ ਗੁਰਬਤ ਦੇ ਤਾਂ ਗੁਰਬਤ ਦੇ ਵਿੱਚ ਹੈਗੇ ਤਾਂ ਹੀ ਤੁਸੀਂ ਪਰੇਸ਼ਾਨ ਨਾ ਹੋ ਤੇ ਇਨਸ਼ਾਅੱਲਾ ਤੁਹਾਡੀ ਗੱਲ ਤੇ ਪੈਰਾ ਹੋਗਾ ਪਰੇਸ਼ਾਨ ਨਾ ਹੋ ਇਹ ਨਾ ਹੋਵੇ ਫਿਰ ਉਹਨਾਂ ਜਗ੍ਹਾ ਤੈਨੂੰ ਫੜਾ ਕੇ ਜੁੱਤੀਆਂ ਪਾ ਪਰੇਸ਼ਾਨ ਨਾ ਹੋ ਆ ਕੰਮ ਠੀਕ ਹੋ ਸੀ ਜਾ ਬੇਫਿਕਰ ਹੋ ਕੇ ਜਾ ਕੁੜੀਏ ਜਾ ਇਹਦੇ ਨਾਲ ਤੋਂ ਠੀਕ ਹੋ ਗਿਆ ਜਾ ਤੈਨੂੰ ਕੋਈ ਮਸਲਾ ਹੋਵੇ ਨਾ ਫਿਰ ਮੈਂ ਦੱਸਿਆ ਕਰ ਮੈਂ ਤੈਨੂੰ ਫਿਰ ਮਸਲਾ ਹੱਲ ਕਰਾਂ ਮਿਹਰਬਾਨੀ ਜੀ ਠੀਕ ਹੈ ਜੀ ਮਿਹਰਬਾਨੀ ਚਲੋ ਸਾਹਿਬ ਠੀਕ ਚਲੋ ਯਾਰ ਦੋ ਛਿੱਤਰ ਪੈ ਗਏ ਨਾ ਸਿੱਧੇ ਹੋ ਗਏ ਪੁੱਠੇ ਬੰਦਿਆਂ ਨਾਲ ਕਰਨਾ ਹੀ ਐਵੇਂ ਚਾਹੀਦਾ ਹੁਣ ਦੋ ਲਿੱਤਰ ਜਦੋਂ ਮਾਰਦੇ ਨਾ ਪੰਜਾਬ ਪੁਲਿਸ ਵਾਲੇ ਤੈ ਤੀ ਤਰ੍ਹਾਂ ਬੰਦਾ ਸਿੱਧਾ ਹੋ ਜਾਂਦਾ ਜਿਹੜਾ ਬੰਦਾ ਛੋਟਿਆ ਵਿੰਗਾ ਹੋਵੇ ਮਿਹਰਬਾਨੀ ਯਾਰ ਸਭ ਬਹੁਤ ਤੁਹਾਡੀ ਬੜੀ